ब्रेक तो बाद मुड़ तो स्वागत है। रुक करांगे अगली खबर दा। खबर हलका पट्टी दे पिंड गंटी विंड दे पुलवामा हमले में शहीद हुए सुखजिंदर सिंह दे परिवार दी, जिन्हां नूं मलाल है कि जो वादे सरकार ने उन्हां नाल कीते पहला तां ओही वफा नहीं होए। उतों शहीद दी यादगार बनाउण लई खेड स्टेडियम दी जो ग्रांट आई सी उस दी भी दुरवरतों हुई है, जिस दी जांच दी मंग परिवार ते पिंड वासियां वल्लों कीती जा रही है। वीरान पई थां टट्ठी चार दीवारी, ए हालात ने पुलवामा हमले दे शहीद हलका पट्टी दे पिंड गंडी विंड दे फौजी जवान सुखजिंदर सिंह दी याद बनाए गए खेड स्टेडियम दे, जिस दी उसारी लई साबका सांसद रणजीत सिंह ब्रह्मपुरा वालों 20 लाख दी ग्रांट दित्ती गई सी। पर उस ग्रांट नाल स्टेडियम विच सिर्फ स्टेज ते टीना दा ए शेड ही पाया गया, जिस नूं लै के ना सिर्फ शहीद दा परिवार नाराज है सगो पिंड वासियां नूं भी स्टेडियम लई आई ग्रांट विच कपला होण दा शक है, जिस दी जांच दी मांग कीती जा रही है। ਸਾਡੀਆਂ ਮੰਗਾਂ ਇਹ ਆਪਦੀ ਨਾ ਜਾਣ ਪੈਟਰੋਲ ਪੰਪ ਮਿਲਿਆ ਨਾ ਸਾਨੂੰ ਕੋਈ ਗੈਸ ਏਜੰਸੀ ਮਿਲੀ ਆ, ਜਿਹੜਾ ਸਾਡਾ ਬਿੱਲ ਵਾ ਉਹ ਹੀ ਸਾਨੂੰ ਅਜੇ ਆਉਣ ਡਿਆ ਵਾ, ਉਹ ਹੀ ਸਾਡਾ ਮਾਫ ਨਹੀਂ ਕੀਤਾ। ਇੱਕ ਸਾਡਾ ਸਟੇਡੀਅਮ ਆ ਉਹ ਵੀ ਸਰਦਾਰ ਬ੍ਰਹਮਪੁਰਾ ਸਾਹਿਬ ਨੇ 20 ਲੱਖ ਰੁਪਈਆ ਦਿੱਤਾ ਸੀ ਉਦੋਂ, ਉਹ ਸਾਡਾ 20 ਲੱਖ ਵੀ ਆ ਗਏ, ਉਹਦੀ ਇਨਕੁਆਰੀ ਹੋਣੀ ਚਾਹੀਦੀ ਆ ਵੀ ਉਹ 20 ਲੱਖ ਕਿੱਥੇ ਲੱਗਾ ਵਾ। ਬਾਕੀ ਅਸੀਂ ਬੇਨਤੀ ਹੋਣ ਵਾਲੀ ਸਰਕਾਰ ਗਾੜੀ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਉਹਨੂੰ ਤਿਆਰ ਕੀਤਾ। ਨਹੀਂ ਇਹ ਸਹੂਲਤਾਂ ਨਹੀਂ ਪਰਿਵਾਰ ਨੂੰ ਮਿਲੀਆਂ। ਹੁਣ ਵੇਖੋ ਉਦੋਂ ਪੰਜਾਬ ਦੇ 4 ਹੋਏ ਮੁੰਡੇ ਸ਼ਹੀਦ ਹੋਏ ਸੀ ਅਤੇ ਸਿਰਫ 4 ਮੁੰਡੇ ਨੂੰ 12-12 ਲੱਖ ਰੁਪਈਆ ਮਿਲਿਆ, ਅਤੇ ਜਿਹੜੇ ਹੁਣ ਉਦੋਂ ਬਾਅਦ 'ਚ ਸ਼ਹੀਦ ਹੋਏ 50-50 ਲੱਖ ਵੀ ਗੌਰਮੈਂਟ ਦੇਣ ਡਈ ਹੈ। ਇਹ ਵੇਖੋ ਕਿੰਨੀਆਂ ਨੇ ਸ਼ਹੀਦੀ ਵਿਚਾਰਿਆਂ ਦੀ ਮਹਿੰਗੀ ਸੀ, ਇਹਨਾਂ ਦੇ ਬੋਟੀਆਂ 5-5 ਕਿਲੋ ਬੋਟੀਆਂ ਆਈਆਂ, ਉਹ ਵੀ ਪਤਾ ਨਹੀਂ ਕਿਹਦੀਆਂ ਕਿੱਥੋਂ ਆਈਆਂ ਕਿਹਦੀਆਂ ਕਿੱਥੋਂ ਆਈਆਂ, ਅਤੇ ਬੜਾ ਪਰਿਵਾਰ ਦੇ ਦੁੱਖਾਂ ਦਾ ਪਹਾੜਾ ਟੁੱਟਾ ਸੀ। ਅਸੀਂ ਸਰਕਾਰ ਤੋਂ ਮੰਗ ਕਰਦੇ ਜੀ, ਇੱਕ ਤਾਂ ਪਰਿਵਾਰ ਦੀ ਸਾਰ ਲਈ ਜਾਵੇ, ਅਤੇ ਇੱਕ ਆੜਾ ਸਟੇਡੀਅਮ ਦਾ ਕੰਮ ਅਧੂਰਾ ਪਿਆ ਵਾ, ਜੋ ਕੰਮ ਦੇ ਪਰਿਵਾਰ ਦੇ ਅਧੂਰੇ ਪਏ ਪੂਰੇ ਕੀਤੇ। ਅਸੀਂ ਸਰਕਾਰ ਨੂੰ ਵੀ ਮਿਲ ਕੇ ਅੱਗੇ ਵੀ ਕਿਹਾ, ਅੱਗੇ ਗਾਂਹ ਵੀ ਕਹਾਂਗੇ, ਪੱਤਰਕਾਰ ਵੀ ਸੋਚ ਰਹੇ ਕਹਿੰਦੇ ਰਹਿੰਦੇ ਆ, ਪਰ ਆਹ ਵੇਖ ਲਓ ਆਹ ਕੀ 5-4 ਲੱਖ ਰੁਪਏ ਦਾ ਪ੍ਰੋਜੈਕਟ ਹੋ ਸਾਰਾ। ਫੌਜੀ ਜਵਾਨ ਸੁਖਜਿੰਦਰ ਸਿੰਘ ਸਾਲ 2019 ਵਿੱਚ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਇਆ ਸੀ, ਜਿਸ ਦੇ ਭੋਗ ਮੌਕੇ ਵੱਡੀ ਗਿਣਤੀ ਵਿੱਚ ਸਿਆਸੀ ਲੀਡਰ ਸ਼ਹੀਦ ਦੇ ਘਰ ਸ਼ਰਧਾਂਜਲੀ ਦੇਣ ਲਈ ਪਹੁੰਚੇ ਸਨ, ਜਿਨ੍ਹਾਂ ਪਰਿਵਾਰ ਨੂੰ ਇਸ ਮੌਕੇ ਹਰ ਸੰਭਵ ਮਦਦ ਦੇਣ ਦੇ ਨਾਲ ਨਾਲ ਹੋਰ ਸਹੂਲਤਾਂ ਦੇਣ ਦੇ ਵਾਅਦੇ ਵੀ ਕੀਤੇ ਸਨ, ਪਰ ਅੱਜ ਤੱਕ ਉਹ ਵਾਅਦੇ ਵਫਾ ਨਹੀਂ ਹੋਏ। ਪਰਿਵਾਰ ਨੂੰ ਮਲਾਲ ਹੈ ਕਿ ਸ਼ਹੀਦ ਦੀ ਪਤਨੀ ਨੂੰ ਜੋ ਨੌਕਰੀ ਦਿੱਤੀ ਗਈ ਹੈ ਉਹ ਸ਼ਹੀਦ ਦੀ ਸ਼ਹਾਦਤ ਦਾ ਨਿਰਾਦਰ ਹੈ। ਜਦੋਂ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਨਹੀਂ ਸੀ ਤੇ ਜਦੋਂ ਮੇਰਾ ਬ੍ਰਦਰ ਸ਼ਹੀਦ ਹੋਇਆ ਸੀ ਉਹ ਸਾਡੇ ਘਰੇ ਆਏ ਸੀ, ਉਹਨਾਂ ਨੇ ਇਹ ਪ੍ਰੈਸ ਨੋਟ ਦਿੱਤਾ ਸੀ ਕਿ ਸ਼ਹੀਦ ਦੀ ਪਤਨੀ ਦੀ ਕੁਆਲੀਫਿਕੇਸ਼ਨ ਨਾ ਵੇਖੀ ਜਾਵੇ, ਸ਼ਹੀਦ ਦੀ ਕੁਆਲੀਫਿਕੇਸ਼ਨ ਵੇਖੀ ਜਾਵੇ ਕਿ ਉਹਦੀ ਕਿੱਡੀ ਸ਼ਹਾਦਤ, ਉਸ ਹਿਸਾਬ ਨਾਲ ਨੌਕਰੀ ਦਿੱਤੀ ਜਾਵੇ। ਪਰ ਸ਼ਹੀਦ ਦੀ ਘਰ ਦੀ ਨੌਜ ਨੌਕਰੀ ਜ਼ਰੂਰ ਮਿਲੀ ਆ, ਪਰ ਮਿਲੀ ਸਕੂਲ ਦੇ ਵਿੱਚ ਸੇਵਾਦਾਰ ਦੀ ਆ। ਅਸੀਂ ਸਰਕਾਰ ਤੋਂ ਇਹ ਵੀ ਮੰਗ ਕਰਦੇ ਹਾਂ ਕੋਈ ਯੋਗ ਨੌਕਰੀ ਉਹਨਾਂ ਨੂੰ ਦਿੱਤੀ ਜਾਵੇ, ਜਿਹੜੀ ਨੌਕਰੀ ਕਰਕੇ ਉਹ ਮਾਣ ਮਹਿਸੂਸ ਕਰਨ ਕਿ ਮੈਂ ਇੱਕ ਸ਼ਹੀਦ ਦੀ ਪਤਨੀ ਹਾਂ। ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਹੋਰ ਨਹੀਂ ਹੋ ਸਕਦੀ ਕਿ ਸ਼ਹੀਦ ਦੀ ਯਾਦਗਾਰ ਉਸਾਰੀ ਲਈ ਆਈ ਗ੍ਰਾਂਟ ਵਿੱਚ ਹੀ ਕਪਲਾ ਕੀਤਾ ਜਾਵੇ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ, ਨਾਲ ਹੀ ਸ਼ਹੀਦ ਦੇ ਪਰਿਵਾਰ ਨਾਲ ਜੋ ਵਾਅਦੇ ਕੀਤੇ ਗਏ ਨੇ ਉਹ ਵੀ ਪੂਰੇ ਹੋਣ, ਕਿਉਂਕਿ ਕਿਸੇ ਵੀ ਦੇਸ਼ ਦਾ ਸਰਮਾਇਆ ਉਸਦੇ ਜਵਾਨਾਂ ਦੀ ਸ਼ਹੀਦੀ ਹੁੰਦੀ ਹੈ, ਜਿਸ ਤੋਂ ਪ੍ਰੇਰਿਤ ਹੋ ਕੇ ਹੀ ਨੌਜਵਾਨ ਫੌਜ ਵਿੱਚ ਜਾਣ ਲਈ ਉਤਸ਼ਾਹਿਤ ਹੁੰਦੇ ਨੇ, ਤੇ ਜੇ ਸ਼ਹੀਦ ਦੇ ਪਰਿਵਾਰ ਦੀ ਹੀ ਸੰਭਾਲ ਨਹੀਂ ਹੋਵੇਗੀ ਤਾਂ ਫਿਰ ਕਿਉਂ ਕੋਈ ਆਪਣੀ ਜਾਨ ਦੇਸ਼ ਖਾਤਰ ਵਾਰੇਗਾ। ਬਲਜੀਤ ਸਿੰਘ, ਪੀਟੀਸੀ ਨਿਊਜ਼, ਪੱਟੀ। ਇੱਥੇ ਰੁਕਾਂਗੇ, ਛੋਟੇ ਜਿਹੇ ਵਕਫੇ ਦੇ ਲਈ ਜਲਦ ਹਾਜ਼ਰ ਹੋਵਾਂਗੇ।